ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲਾ ਅੱਜ ਵੀ ਆ ਵੀਡੀਓ ਬਕਰੀ ਦਿਖਾਉਣ ਲੱਗਿਆ ਸੋਨੂੰ ਇੱਕ ਆ ਸਟੋਰ ਤੇ ਮੈਂ ਸਮਾਨ ਲੈਣਾ ਉਹਨਾ ਜਿੱਦਾਂ ਤੇ ਅੱਜ ਮਹ ਜਲਦੀ ਦੀ ਵੀਡੀਓ ਬਣਾਉਣੇ ਆ ਆ ਦੇਖੋ ਆ ਤਾਂ ਆਪਣਾ ਇੰਡੀਅਨ ਜਿੱਦਾਂ ਪਿਆ ਹੈਗਾ ਆ ਪਿਆ ਪਾਲਕ ਪਨੀਰ ਇਦਾਂ ਦਾ ਇਹ ਤਾਂ ਸਟੋਰ ਜਦਾਂ ਏ ਆਈ ਵੀ ਨਹੀਂ ਹੈ ਵੀ ਪੰਜਾਬੀ ਸਟੋਰ ਆ ਜਾਂ ਆਪਣਾ ਵੀ ਉਹ ਤੇ ਪਿਆ ਸਮਾਨ ਇਹ ਇਧਰਲੇ ਸਟੋਰਾਂ ਤੇ ਪਿਆ ਜਿੱਥੋਂ ਅਮਰੀਕਨ ਜਿਹਦਾ ਸਾਮਾਨ ਸਮੂਹ ਲੈਂਦੇ ਆਗੇ ਤੇ ਇਹ ਸਟੋਰਾਂ ਦੇ ਇਦਾਂ ਸਾਮਾਨ ਆਹਾ ਪਾਲਕ ਪਨੀਰ ਜਾਂ ਇਦਾਂ ਦੀਆਂ ਚੀਜ਼ਾਂ ਜਿੱਦਾਂ ਰੱਖੀਆਂ ਹੁੰਦੀਆਂ ਨੇ ਕਿਉਂਕਿ ਇਧਰਲੇ ਲੋਕ ਵੀ ਖਾਂਦੇ ਆ ਇਹ ਚੀਜ਼ਾਂ ਇਹ ਬਹੁਤ ਲੋਕ ਨੇ ਜਿਹੜੇ ਆਪਣਾ ਪੰਜਾਬੀ ਖਾਣਾ ਜਿੱਦਾਂ ਖਾਣਾ ਪਸੰਦ ਕਰਦੇ ਆਗੇ ਨਾ ਤੇ ਆ ਸਾਰੇ ਇਧਰ ਪੀਜੇ ਪੂਜੇ ਪੈਨੇ ਆ ਕਿੰਨੇ ਤਰ੍ਹਾਂ ਦੇ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਤੇ ਇਦਾਂ ਹੀ ਸਾਨੂੰ ਮਾ ਪਰਲੇ ਬੰਦੇ ਦਿਖਾਉਣਾ ਇੱਧਰ ਜਿਵੇਂ ਆ ਪਾਲਕ ਪਨੀਰ ਪਿਆ ਸੀ ਤੇ ਆ ਚੀਜ਼ ਹੋਰ ਆਪਣਾ ਤੇ ਉਧਰ ਦਿਖਾਉਣਾ ਦਾਲਾਂ ਨੇ ਜਿੱਦਾਂ ਉਹ ਰੈਡੀਮੇਡ ਦੇ ਬਣੀਆਂ ਹੁੰਦੀਆਂ ਨੇ ਉਹ ਪੈਕਟਾਂਆਂ ਚ ਤੇ ਉਹ ਵੀ ਦਿਖਾਉਣਾ ਸਾਨੂੰ ਜਾ ਕੇ ਮਾਲੇ ਬੰਦੇ ਨੂੰ ਤਾਂ ਜਿੱਦਾਂ ਹਜੇ ਇਹ ਜਿਹੀਆਂ ਦਾ ਪਤਾ ਹੀ ਨਹੀਂ ਹੁੰਣਾ ਜਿੱਦਾਂ ਨਹੀਂ ਪਤਾ ਹੁੰਦਾ ਲੱਗਦਾ ਗਈਆਂ ਨੂੰ ਤਾਂ ਵੀ ਹਾਂ ਇਹ ਸਟੋਰਾਂ ਦੇ ਇਦਾਂ ਆ ਚੀਜ਼ਾਂ ਹੁੰਦੀਆਂ ਨੇ ਇਹ ਤਾਂ ਆ ਦੇਖੋ ਆ ਦਾਲਾਂ ਨੇ ਇੱਕ ਦਾਲ ਆਇਕਾ ਦੂਜਾ ਆਪਣੀ ਆ ਦੀ ਸਾਰੀਆਂ ਸਬਜੀ ਇਹ ਹੈਗੀ 98 ਸੈਂਟ ਦੀ ਯਾਨੀ ਕਿ 1 ਡਾਲਰ ਦੀ ਲਾ ਲਓ ਤੇ ਆ ਹੈਗੀ 2 ਡਾਲਰ ਦੀ ਇਹ ਦਾਲ ਆ ਗਈ ਆਪਣੀ ਕਾਂਝੀ ਵਧੀਆ ਹੁੰਦੀ ਹੈ ਮੈਂ ਵੀ ਤੇ ਲਿਆਉਣਾ ਆਉਂਦਾ ਕਦੇ ਕਦੇ ਤੇ ਅਮਰਜੈਂਸੀ ਬਾਅਦ ਤੇ ਜਦਦਾ ਸੀ ਟਰੱਕ ਟਰੁੱਕ ਤੇ ਹੋਰ ਤਾਂ ਮੈਨੂੰ ਪਤਾ ਨਹੀਂ ਕਿਸੇ ਦਾ ਪਰ ਮੈਂ ਜਦਦਾ ਲੈ ਕੇ ਜਾਂਦਾ ਹੁੰਦਾ ਇਹ ਨਾਲ ਰੱਖਦਾ ਹੁੰਦਾ ਕਈ ਵਰੀ ਐਦਾਂ ਸਟੋਰ ਤੇ ਆਇਆ ਹੋਊ ਮੈਂ ਲੈ ਜਾਂਦਾ ਹੁੰਦਾ ਕਹੋ ਟਰੱਕ ਦੇ ਹੁੰਦੇ ਆਗੇ ਹਨਾ ਕਈ ਵਰੀ ਅਮਰਜੈਂਸੀ ਇਹਦਾ ਲੋਡ ਲੋਡ ਪਈ ਜਿਹੜਾ ਚ ਕਢਣਾ ਕਰਨਾ ਤੇ ਕਾ ਦੇਖੋ ਆ ਮਟਰ ਤੇ ਗੋਭੀ ਦੀ ਪਈ ਇਧਰ ਹਾਜੀ ਇਹ ਵੀ ਪੈਕੇਟ ਵਿੱਚ ਆ ਇਹ ਹੈਗਾ 199 ਦੀ ਯਾਨੀ ਕਿ 2 ਡਾਲਰ ਦੀ ਇਹ ਗੋਭੀ ਦੇ ਮਟਰਾਂ ਦੀ ਪਈ ਹੈਗੀ ਆ ਦੂਜੇ ਸੋਲਿਆਂ ਦੀ ਪਈ ਆ ਤੇ ਇਧਰ ਵੀ ਉਹ ਦੂਜੇ ਪਰਾਂ ਪਈ ਆ ਦਾਲ ਜੀ ਨੰਨੇ ਕਿ ਚੀਜ਼ਾਂ ਇਦਾਂ ਮਿਲ ਜਾਂਦੀਆਂ ਨੇ ਐ ਸਟੋਰਾਂ ਦੇ ਤੇ ਬਾਹਲੇ ਸਟੋਰਾਂ ਦੇ ਪਤਾ ਹੀ ਨਹੀਂ ਲੱਗਦਾ ਚੀਜ਼ਾਂ ਇੰਡੀਅਨ ਚੀਜ਼ਾਂ ਐ ਖਾਣੇ ਪਾਨੀਆਂ ਵੀ ਬਨੇ ਹੁੰਦੇ ਨੇਗੇ ਪਰ ਉਹ ਨਹੀਂ ਪਤਾ ਲੱਗਦਾ ਇੰਨੇ ਸਮਾਨ ਚ ਪਾਇ ਪੂਏ ਤੇ ਆ ਸਾਰਾ ਸਮਾਨ ਇਦਾਂ ਚਨੇਆ ਚਨੇਆ ਹੋਇਆ ਤੇ ਇੱਧਰ ਛਲੂ ਦਿਖਾਉਣਾ ਇੱਥੇ ਇੱਕ ਹੋਰ ਵੀ ਚੀਜ਼ ਦਿਖਾਉਣਾ ਚਾਹੁੰਨੂੰ ਆ ਚਿਕਨ ਜਿਆ ਹੁੰਦਾਗਾ ਇੱਥੇ ਆ ਸੀ ਇਹ ਵੀ ਆਪਣੇ ਬੰਦੇ ਦੀ ਹੈ ਕਿਸੇ ਕੰਪਨੀ ਇਹ ਵੀ ਇਧਰਲੇ ਸਟੋਰਾਂ ਤੋਂ ਮਿਲਦਾ ਹੈਗਾ ਇਹ ਹੈਗੇ 7.99 ਦਾ 8 ਡਾਲਰ ਦਾ ਜਨਿੰਗੇ ਇਦਾਂ ਆਪਣੇ ਆਪਣੀਆਂ ਗੀ ਚੀਜ਼ਾਂ ਵੀ ਮਿਲ ਜਾਂਦੀਆਂ ਨੇ ਇਧਰਲੇ ਸਟੋਰਾਂ ਤੋਂ ਜਿਹੜੇ ਆਪਣੇ ਬੰਦੇ ਸੇਲ ਚੂਲ ਕਰਦੇ ਆ ਤੇ ਇਦਰਾ ਆਂਡਿਆਂ ਦਾ ਪ੍ਰਾਈਜ਼ ਹਾਂ 2 ਦਰਜਨ ਜਿੰਦਾ ਹੈਗੀ 5 ਡਾਲਰ ਦੀ ਨਹੀਂ ਸੌਰੀ ਦਰਜਨ 5 ਡਾਲਰ ਦੀ ਤੇ ਇਧਰ ਆ ਦੁੱਧ ਦਾ ਦੁੱਧ ਦਾ ਰੇਟ ਹੈਗਾ ਇਹ ਤੁਹਾਨੂੰ ਦਿਖਾਉਣਾਗਾ ਇਹ ਛੱਡੇ ਕਿ ਤੁਹਾਨੂੰ ਲੀਟਰ ਹੁੰਦਾਗਾ ਤੇ 6 ਡਾਲਰ 29 ਸੈਂਟ ਦਾ ਬਾਕੀ ਤੁਸੀਂ ਦੇਖ ਲਓ ਵੀ ਮੈਂਗਾ ਸਾਹ ਤੱਕ ਕਿੰਨਾ ਹੈ ਨਾ ਜੀ ਇੰਡੀਆ ਦੇ ਹਿਸਾਬ ਤੇ ਵੀ ਕਿੰਨੇ ਦਾ ਬੰਨਣਾਗਾ ਇੰਨੀ ਕੀ ਜਾਣਕਾਰੀ ਸੀਗੀ ਧੰਨਵਾਦ ਜੀ